ਸੁਪਰ ਹਿੱਟ ਪੰਜਾਬੀ ਸਿੰਗਰ ਐਂਡ ਐਕਟਰ ਐਮੀ ਵਿਰਕ ਵੱਲੋਂ ਵੀ ਆਪਣੇ ਲੇਡੀ ਲਵ ਦਾ ਖੁਲਾਸਾ ਕਰ ਦਿੱਤਾ ਗਿਆ ਹੈ ਜੀ ਹਾਂ ਹਾਲ ਹੀ ਵਿੱਚ ਗੁਰਨਾਮ ਪੁੱਲਰ ਦੀ ਮੈਰਿਜ ਹੋਈ ਹੈ ਅਤੇ ਉਹਨਾਂ ਦੀ ਮੈਰਿਜ ਤੋਂ ਬਾਅਦ ਹੁਣ ਖੁਲਾਸਾ ਅਜੇ ਐਮੀ ਵਿਰਕ ਵੱਲੋਂ ਕੀਤਾ ਗਿਆ ਹੈ ਪੰਜਾਬੀ ਇੰਡਸਟਰੀ ਵਿੱਚ ਕਈ ਸਿਤਾਰੇ ਅਜਿਹੇ ਹਨ ਜੋ ਆਪਣੀ ਪਰਸਨਲ ਲਾਈਫ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਹੀ ਘੱਟ ਜਾਣਕਾਰੀ ਸਾਂਝੀ ਕਰਦੇ ਹਨ ਅਦਾਕਾਰ ਐਮੀ ਵਿਰਕ ਵੀ ਉਹਨਾਂ ਸਿਤਾਰਿਆਂ ਵਿੱਚੋਂ ਹੀ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਪੀਤੇ ਦਿਨ ਐਮੀ ਵਿਰਕ ਨੇ ਆਪਣੇ ਲੇਡੀ ਲਵ ਬਾਰੇ ਇੰਸਟਾਗ੍ਰam ਸਟੋਰੀ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਦਰਅਸਲ ਬੀਤੇ ਦਿਨ ਉਹਨਾਂ ਦੇ ਲਾਈਫ ਪਾਰਟਨਰ ਦਾ ਬਰਥਡੇ ਸੀ। ਅਤੇ ਇਸ ਖਾਸ ਦਿਨ ਐਮੀ ਵਿਰਕ ਵੱਲੋਂ ਵੀ ਆਪਣੇ ਲੇਡੀ ਲਵ ਨੂੰ ਸਟੋਰੀ ਵਿੱਚ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੀ ਪਤਨੀ ਦਾ ਹੱਥ ਹੱਥਾਂ ਵਿੱਚ ਫੜੀ ਨਜ਼ਰ ਆਏ ਸਨ। ਫੈਨਸ ਨੂੰ ਇਹ ਤਸਵੀਰ ਖੂਬ ਪਸੰਦ ਆਈ ਅਤੇ ਕਈਆਂ ਨੇ ਇਸ ਤੇ ਪ੍ਰਤੀਕਰਮ ਵੀ ਦਿੱਤੇ। ਵੈਲ ਕਿਸ-ਕਿਸ ਨੇ ਐਮੀ ਵਿਰਕ ਦੀ ਵਾਈਫ ਦੇਖੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ